ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਾਲਾ ਸ਼ਹਿਰ ਲਈ ਇੱਕ ਨਵਾਂ ਬਹੁਮੰਤਵੀ ਫਾਇਰ ਟੈਂਡਰ ਮੁਹੱਈਆ ਕਰਵਾਇਆ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਨਵੇਂ ਫਾਇਰ ਟੈਂਡਰ ਨੂੰ ਬਟਾਲਾ ਵਾਸੀਆਂ ਦੇ ਸਪੁਰਦ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਮੌਕੇ ਕਿਹਾ ਹੈ ਕਿ ਪਹਿਲਾਂ ਅੱਗ ਬੁਝਾਊ ਗੱਡੀਆਂ ਵਿੱਚ ਕੇਵਲ ਪਾਣੀ ਦੀ ਵਿਵਸਥਾ ਹੁੰਦੀ ਸੀ, ਜਿਸ ਤੋਂ ਬਾਅਦ ਪਾਣੀ ਦੇ ਨਾਲ ਫੋਮ ਦੀ ਖੂਬੀ ਵਾਲੀਆਂ ਗੱਡੀਆਂ ਵੀ ਆ ਗਈਆਂ, ਜੋ ਕਿ ਤੇਲ ਪਦਾਰਥਾਂ ਨਾਲ ਲੱਗਣ ਵਾਲੀ ਅੱਗ ਨੂੰ ਬੁਝਾਉਣ ਦੇ ਸਮਰੱਥ ਸਨ। ਅਤੇ ਹੁਣ ਸਰਕਾਰ ਵੱਲੋਂ ਬਹੁਮੰਤਵੀ ਫਾਇਰ ਟੈਂਡਰ ਬਣਵਾਏ ਗਏ ਹਨ, ਜਿਨ੍ਹਾਂ ਵਿੱਚ ਪਾਣੀ ਅਤੇ ਫੋਮ ਦੇ ਨਾਲ ਨਾਲ ਕਾਰਬਨ ਡਾਈਆਕਸਾਈਡ ਦੀ ਵਿਵਸਥਾ ਵੀ ਹੈ। ਜਿਹੜੇ ਕਲੀਨ ਆਇਆ ਇਹਨੂੰ ਹਰੀ ਝੰਡੀ ਦੇਣਾ ਤਾਂ ਜੋ ਰੱਬ ਨਾ ਕਰੇ ਜੇ ਬਟਾਲੇ ਜਾਂ ਲਾਗੇ ਜਾ ਕਿਤੇ ਲੋੜ ਪੈ ਜੇ ਲੋਕਾਂ ਦੀ ਮਦਦ ਆ ਸਕੇ। ਸਰ ਗੱਲ ਕਰੀਏ ਕਿ ਸਾਜੋ ਸਮਾਨ ਅਤੇ ਗੱਡੀਆਂ ਕੋਈ ਬਹੁਤ ਨਾ, ਪਰ ਸਟਾਫ ਦੀ ਕਮੀ ਹੈ, ਸਟਾਫ ਲਈ ਕੀ ਕੁਛ? ਬਿਲਕੁਲ ਠੀਕ ਗੱਲ ਹੈ, ਤੁਹਾਡੇ ਸਟਾਫ ਦੀ ਕਮੀ ਹੈ। ਸਟਾਫ ਦਾ ਵੀ ਜਿਹੜਾ ਫੈਸਲਾ ਛੇਤੀ ਕੈਬਨਿਟ ਕਰ ਰਹੀ ਹੈ, ਇਹਨਾਂ ਦਾ ਸਟਾਫ ਦੀ ਭਰਤੀ ਦਾ ਜਿਹੜਾ ਕੰਮ ਉਹ ਖੁੱਲ੍ਹ ਜਾਏਗਾ। ਮੰਤਰੀ ਸਾਹਿਬ, ਅੱਜ ਇੱਕ ਆਮ ਆਦਮੀ ਪਾਰਟੀ ਭਗਵੰਤ ਮਾਨ ਵੱਲੋਂ ਬਿਆਨ ਆਇਆ ਕਿ ਜਦੋਂ ਤੱਕ ਸਰਕਾਰ ਜਿਹੜੀ ਆ ਦਖਲ ਅੰਦਾਜ਼ੀ ਜਿਹੜੀ ਆ ਪੁਲਿਸ 'ਤੇ ਨਹੀਂ ਆਪਣੀ ਵਾਪਸ ਲੈਂਦੀ, ਉਦੋਂ ਤੱਕ ਨਸ਼ਾ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ, ਇਹਦੇ ਬਾਰੇ ਤੁਹਾਡਾ ਕੀ? ਚਲੋ ਭਗਵੰਤ ਮਾਨ ਜਿਹਦਾ ਠੀਕ ਹੈ, ਪੁਲਿਸ ਭਗਵੰਤ ਨਸ਼ੇ ਦੇ ਮਸਲੇ 'ਚ ਕਿਸੇ ਕੋਈ ਦਖਲ ਅੰਦਾਜ਼ੀ ਸਰਕਾਰ ਦੀ ਜਾਂ ਪ੍ਰਾਈਵੇਟ ਬੰਦੇ ਦੀ ਜਾਂ ਪੋਲੀਟੀਕਲ ਬੰਦੇ ਦੀ ਬਿਲਕੁਲ ਹੈ ਨਹੀਂ। ਭਗਵੰਤ ਮਾਨ ਹੋਰੀ ਐਵੇਂ ਆਵਾਜ਼ ਗੱਲਾਂ ਕਰ ਰਹੇ ਨੇ, ਇਹੋ ਜਿਹਾ ਕੋਈ ਮਸਲਾ ਨਹੀਂ। ਪਾਕਿਸਤਾਨ ਦੀ ਵੰਡ ਹੋਈ ਆ ਉਦੋਂ ਦੀ ਹਰ ਗੁਰਦੁਆਰੇ 'ਚ ਅਰਦਾਸ ਹੁੰਦੀ ਰਹੀ ਆ ਕਿ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰ, ਕਿਸੇ ਦਾ ਸਿਹਰਾ ਲੈਣ ਦੀ ਲੋੜ ਨਹੀਂ, ਇਹ ਗੁਰੂ ਮਹਾਰਾਜ ਦੀ ਆਪਣੀ ਕਿਰਪਾ ਹੋਈ ਆ। ਇਹ ਰਾਹ ਖੁੱਲ੍ਹ ਰਿਹਾ ਮੈਂ ਨਾ ਮੇਰੇ ਕਰਕੇ ਖੁੱਲ੍ਹਿਆ, ਨਾ ਸਿੱਧੂ ਸਾਹਿਬ ਬਾਰੇ ਖੁੱਲ੍ਹਿਆ, ਨਾ ਕਿਸੇ ਹੋਰ ਕਰਕੇ ਖੁੱਲ੍ਹਿਆ, ਜਿਹੜੀਆਂ ਅਰਦਾਸਾਂ ਸਨ ਸਾਡੀਆਂ ਉਹ ਅਕਾਲ ਪੁਰਖ ਨੇ ਸੁਣੀਆਂ ਨੇ, ਉਹਦੇ ਕਰਕੇ ਰਾਹ ਖੁੱਲ੍ਹਿਆ। ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।